ਮੇਰੇ ਸਿਰ ਆਇਆ ਮੈਨੇਜਰ, ਇੱਥੇ ਨਾ ਤਾਂ ਤੈਨੂੰ ਕੋਈ ਮੇਰੇ ਹੱਥੋਂ ਬਚਾ ਸਕਦਾ ਤੇ ਨਾ ਮੈਂ ਤੈਨੂੰ ਲਿਸਣ ਦੇਣੇ। ਓਏ ਮੈਂ ਤੈਨੂੰ ਇਹ ਦੱਸ। ਅਸਲਾਮ ਅਲੈਕੁਮ, ਹੱਸਦੇ ਰਹੋ ਵਸਦੇ ਰਹੋ, ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰਹਿਬਰ ਇੰਟਰਟੇਨਮੈਂਟ ਪਲੱਸ। ਇਕਬਾਲ ਹਸਨ ਦੀ ਬੜੀ ਹੀ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ, ਔਰ ਬਤੌਰ ਹੀਰੋ ਜ਼ਬਰਦਸਤ ਕੰਮ ਕੀਤਾ ਇਕਬਾਲ ਹਸਨ ਨੇ, ਤੇ ਉਸ ਫਿਲਮ ਦਾ ਨਾਂ ਹੈ ਨੋਟਾਂ ਨੂੰ ਸਲਾਮ। 2 ਫਰਵਰੀ 1979 ਬਰੋਜ਼ ਜੁਮਾ ਰਿਲੀਜ਼ ਹੋਣ ਵਾਲੀ ਇੱਕ ਬਲੈਕ ਐਂਡ ਵਾਈਟ ਪੰਜਾਬੀ ਫਿਲਮ। ਇਸ ਫਿਲਮ ਨੂੰ ਆਲਮਗੀਰ ਪ੍ਰੋਡਕਸ਼ਨ ਨੇ ਰਿਲੀਜ਼ ਕੀਤਾ ਸੀ। ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ। ਫਿਲਮ ਦੇ ਬਾਅਦ ਗਾਣੇ ਬਹੁਤ ਹੀ ਅੱਛੇ ਨੇ, ਔਰ ਇਹ ਗਾਣਾ ਆਪਣੇ ਦੌਰ ਦਾ ਸੁਪਰ ਦੁਪਰ ਹਿੱਟ ਸੀ ਨੋਟਾਂ ਨੂੰ ਸਲਾਮ। ਔਰ ਨੋਟਾਂ ਨੂੰ ਸਲਾਮ ਐਸਾ ਗਾਣਾ ਸੀ ਕਿ ਜਿਹੜਾ ਹਰ ਗਲੀ ਹਰ ਪਿੰਡ ਔਰ ਹਰ ਥਾਂ 'ਤੇ ਵੱਜਿਆ। ਇਸ ਫਿਲਮ ਦੇ ਜਿਹੜੇ ਡਾਇਰੈਕਟਰ ਸਨ ਉਹ ਸ਼ੇਖ ਇਕਬਾਲ ਸਨ, ਜਿਹੜੇ ਆਪਣੇ ਦੌਰ ਦੇ ਬੜੇ ਅੱਛੇ ਰਾਈਟਰ ਔਰ ਬੜੇ ਅੱਛੇ ਜਿਹੜਾ ਨਾ ਐਕਟਰ ਸਨ। ਮੇਰਾ ਖਿਆਲ ਹੈ ਹਦਾਇਤਕਾਰ ਦੇ ਤੌਰ 'ਤੇ ਉਹਨਾਂ ਦੀ ਪਹਿਲੀ ਔਰ ਆਖਰੀ ਫਿਲਮ ਸੀ, ਕਿਉਂਕਿ ਮੈਨੂੰ ਲੱਗਦਾ ਕਿ ਇਹ ਫਿਲਮ ਕੋਈ ਅੱਛਾ ਤਾਸਰ ਨਹੀਂ ਛੋੜ ਸਕੀ, ਜਿਸ ਵਜ੍ਹਾ ਤੋਂ ਬਤੌਰ ਹਦਾਇਤਕਾਰ ਸ਼ੇਖ ਇਕਬਾਲ ਨੇ ਕੋਈ ਹੋਰ ਫਿਲਮ ਨਹੀਂ ਕੀਤੀ। ਇਸ ਫਿਲਮ ਦੇ ਅੰਦਰ ਜਿਹੜਾ ਮੇਨ ਕਿਰਦਾਰ ਹੈ ਉਹ ਸ਼ੇਖ ਨਜ਼ੀਰ ਨੋਟਾਂ ਵਾਲਾ ਹੈ, ਔਰ ਇਹ ਕਿਰਦਾਰ ਅਦਾਕਾਰ ਸ਼ੇਖ ਇਕਬਾਲ ਨੇ ਅਦਾ ਕੀਤਾ ਔਰ ਬੜਾ ਹੀ ਜ਼ਬਰਦਸਤ ਕੰਮ ਕੀਤਾ ਹੈ। ਸ਼ੇਖ ਨਜ਼ੀਰ ਨੋਟਾਂ ਵਾਲਾ ਜਿਹੜਾ ਆਉਂਦਾ ਹੈ ਔਰ ਨੋਟਾਂ ਦੇ ਨਾਲ ਬਹੁਤ ਪਿਆਰ ਕਰਦਾ ਹੈ, ਕਿਉਂਕਿ ਉਹਦਾ ਖਿਆਲ ਹੈ ਕਿ ਜਿਹੜੇ ਲੋਕ ਹੁਣ ਉਹ ਸ਼ੇਖ ਨਜ਼ੀਰ ਨੂੰ ਸਲਾਮ ਨਹੀਂ ਕਰਦੇ, ਉਹ ਦੌਲਤ ਨੂੰ ਸਲਾਮ ਕਰੇ, ਉਹਦੇ ਨੋਟਾਂ ਨੂੰ ਸਲਾਮ ਕਰਦੇ ਨੇ। ਅਤੇ ਉਹਦਾ ਇੱਕ ਪੁੱਤਰ ਹੁੰਦਾ ਜਿਸਦਾ ਨਾਮ ਯੂਸਫ ਹੁੰਦਾ, ਅਤੇ ਯੂਸਫ ਦਾ ਕਿਰਦਾਰ ਅਦਾਕਾਰ ਇਕਬਾਲ ਹਸਨ ਨੇ ਅਦਾ ਕੀਤਾ ਹੈ। ਔਰ ਕਮਾਲ ਨੇ ਇਸ ਫਿਲਮ ਦੇ ਅੰਦਰ ਸੈਕਿੰਡ ਹੀਰੋ ਦਾ ਕਿਰਦਾਰ ਅਦਾ ਕੀਤਾ ਹੈ ਔਰ ਬੜੀ ਅੱਛੀ ਪੰਜਾਬੀ ਬੋਲਣ ਦੀ ਕੋਸ਼ਿਸ਼ ਕੀਤੀ ਹੈ। ਕਮਾਲ ਦਾ ਜਿਹੜਾ ਨਾਮ ਹੁੰਦਾ ਉਹ ਦੌਲਤ ਹੁੰਦਾ ਹੈ, ਔਰ ਦੌਲਤ ਜਿਹੜਾ ਹੁੰਦਾ ਹੈ ਉਹ ਸੇਠ ਨਜ਼ੀਰ ਦਾ ਮਾਲੀ ਹੁੰਦਾ ਹੈ, ਔਰ ਜਿਹੜਾ ਯੂਸਫ ਹੁੰਦਾ ਹੈ ਉਹ ਨੌਕਰਾਂ ਦੇ ਨਾਲ ਬੜੀ ਮੁਹੱਬਤ ਕਰਦਾ ਹੈ, ਉਹ ਕਿਸੇ ਹੈਸੀਅਤ ਨੂੰ ਨਹੀਂ ਮੰਨਦਾ, ਕਿਸੇ ਦੌਲਤ ਨੂੰ ਨਹੀਂ ਮੰਨਦਾ, ਔਰ ਉਹ ਮਿਲ ਜੁਲ ਕੇ ਸਾਰਿਆਂ ਨਾਲ ਰਹਿਣਾ ਚਾਹੁੰਦਾ ਹੈ, ਜਦਕਿ ਸ਼ੇਖ ਨਜ਼ੀਰ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਆਉਂਦੀ। ਆਗਾ ਤਾਲਸ਼ ਨੇ ਇਸ ਫਿਲਮ ਦੇ ਅੰਦਰ ਸ਼ੇਖ ਨਜ਼ੀਰ ਦੇ ਦੋਸਤ ਦਾ ਕਿਰਦਾਰ ਅਦਾ ਕੀਤਾ, ਜਿਹੜਾ ਇੱਕ ਬਹੁਤ ਅੱਛਾ ਇਨਸਾਨ ਹੁੰਦਾ ਹੈ। ਔਰ ਆਗਾ ਤਾਲਸ਼ ਦਾ ਇਸ ਫਿਲਮ ਦੇ ਅੰਦਰ ਨਾਮ ਜਮਸ਼ੇਦ ਹੁੰਦਾ ਹੈ, ਔਰ ਉਹ ਬੜਾ ਹੀ ਅੱਛਾ ਉਹਨਾਂ ਦਾ ਦੋਸਤ ਹੁੰਦਾ ਹੈ। ਸ਼ੇਖ ਨਜ਼ੀਰ ਹੁੰਦਾ ਹੈ ਉਹ ਇੱਕ ਫੈਸਲਾਬਾਦ ਦੇ ਅੰਦਰ ਸਲਮਾ ਤਾਮੀਰ ਕਰ ਰਿਹਾ ਹੁੰਦਾ, ਇੱਕ ਇਮਾਰਤ ਤਾਮੀਰ ਕਰਦੇ ਆਉਂਦਾ ਹੈ। ਉੱਥੇ ਜਿਹੜਾ ਮੈਨੇਜਰ ਹੁੰਦਾ ਉਸਨੇ ਕੰਮ ਰੋਕ ਦਿੱਤਾ ਹੁੰਦਾ ਹੈ, ਔਰ ਉਹ ਸੇਠ ਨਜ਼ੀਰ ਨੂੰ ਬਲੈਕਮੇਲ ਕਰ ਲਿਆ ਹੁੰਦਾ ਹੈ। ਮੇਰੇ ਪਿਓ ਨੇ ਤੁਹਾਡੀ ਸ਼ਰਾਫਤ ਤੇ ਮੇਰੇ ਪਿਆਰ ਦੀ ਲਾਸ਼ ਤੇ ਆਪਣੇ ਲਾੜੇ ਦਾ ਮਹਿਲ ਤਾਮੀਰ ਕਰਨਾ ਚਾਹੇ, ਤੇ ਸੇਠ ਨਜ਼ੀਰ ਜਿਹੜਾ ਹੁੰਦਾ ਹੈ ਆਪਣੇ ਪੁੱਤਰ ਯੂਸਫ ਔਰ ਆਪਣੇ ਮਾਲੀ ਦੌਲਤ ਨੂੰ ਭੇਜਦਾ ਹੈ ਕਿ ਜਾ ਕੇ ਉੱਥੇ ਚੈੱਕ ਕਰੋ ਔਰ ਮਜ਼ਦੂਰਾਂ ਨੂੰ ਠੀਕ ਕਰੋ, ਕਿਉਂਕਿ ਜਿਹੜਾ ਉਹਦਾ ਮੈਨੇਜਰ ਹੁੰਦਾ ਹੈ ਉਹ ਇਹ ਸੇਠ ਨੂੰ ਕਹਿੰਦਾ ਹੈ ਕਿ ਜਿਹੜੇ ਮਜ਼ਦੂਰ ਹਨ ਉਹਨਾਂ ਨੇ ਹੜਤਾਲ ਕੀਤੀ ਹੋਈ ਦਾ, ਕਿ ਮੈਨੇਜਰ ਜਿਹੜਾ ਆਉਂਦਾ ਉਹ ਮਜ਼ਦੂਰਾਂ 'ਤੇ ਜ਼ੁਲਮ ਕਰਦਾ ਹੈ। ਰਸਤੇ ਸਫ਼ਰ ਦੇ ਦੌਰਾਨ ਜਿਹੜਾ ਯੂਸਫ ਹੁੰਦਾ ਹੈ ਉਹ ਆਪਣੇ ਕੱਪੜੇ ਦੌਲਤ ਨੂੰ ਦੇ ਦਿੰਦਾ ਔਰ ਦੌਲਤ ਦੇ ਕੱਪੜੇ ਖੁਦ ਪਾ ਲੈਂਦਾ ਹੈ, ਔਰ ਜਦੋਂ ਦੌਲਤ ਕਮਾਲ ਉਹਦੇ ਕੋਲ ਵਜ੍ਹਾ ਪੁੱਛਦਾ ਹੈ ਤਾਂ ਇਹ ਦੱਸਦਾ ਕਿ ਜਦ ਮੈਂ ਗਰੀਬਾਂ ਜਾ ਕੇ ਰਹਾਂਗਾ ਤੇ ਮੈਂ ਅਸਲ ਹਕੀਕਤ ਦਾ ਪਤਾ ਚੱਲੇਗਾ, ਔਰ ਕਾਰਡ ਉਹਨੂੰ ਦਿੰਦਾ ਔਰ ਕਹਿੰਦਾ ਮੈਨੇਜਰ ਕੋਲ ਜਾਣਾ ਔਰ ਉਹਨੂੰ ਦੱਸਣਾ ਕਿ ਮੈਂ ਯੂਸਫ ਅਮੀਰਜ਼ਾਦਾ ਵਾਂ। ਮੈਨੇਜਰ ਦਾ ਜਿਹੜਾ ਕਿਰਦਾਰ ਹੈ ਉਹ ਅਸਲਮ ਪਰਵੇਜ਼ ਨੇ ਅਦਾ ਕੀਤਾ, ਔਰ ਅਸਲਮ ਪਰਵੇਜ਼ ਨੇ ਬੜਾ ਹੀ ਅੱਛਾ ਕੰਮ ਕੀਤਾ ਹੈ। ਇਸ ਫਿਲਮ ਦੇ ਅੰਦਰ ਅਫਜ਼ਾਲ ਅਹਿਮਦ ਨੇ ਹਸਬੇ ਮਾਮੂਲ ਛੁਰੇ ਦਾ ਕਿਰਦਾਰ ਅਦਾ ਕੀਤਾ, ਜਿਹੜਾ ਇਲਾਕੇ ਦਾ ਬਦਮਾਸ਼ ਹੁੰਦਾ ਔਰ ਮੈਨੇਜਰ ਦਾ ਦੋਸਤ ਹੁੰਦਾ। ਹਰ ਜਦੋਂ ਦੌਲਤ ਉੱਥੇ ਪੁੱਛਦਾ ਔਰ ਉਹਨੂੰ ਤਾਰਫ ਕਰਾਉਂਦਾ ਕਿ ਉਹ ਸੇਠ ਨਜ਼ੀਰ ਦਾ ਪੁੱਤਰ ਹੈ, ਮੈਨੇਜਰ ਉਹਨੂੰ ਬੜਾ ਪ੍ਰੋਟੋਕੋਲ ਦਿੰਦਾ ਹੈ ਔਰ ਆਪਣੀ ਭੈਣ ਦੀ ਡਿਊਟੀ ਲਗਾਉਂਦਾ ਹੈ ਕਿ ਉਹਨੂੰ ਫਸਾ ਲੈ ਤਾਂ ਕਿ ਅਮੀਰ ਅਸਾਮੀ ਆਉਂਦੀ ਹੈ। ਖੈਰ ਉਸਦੀ ਭੈਣ ਬੜੀ ਟਰਾਈ ਕਰਦੀ ਹੈ। ਇਧਰੋਂ ਜਿਹੜਾ ਯੂਸਫ ਹੁੰਦਾ ਜਾਂਦਾ ਔਰ ਗਰੀਬਾਂ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦਾ, ਉੱਥੇ ਇੱਕ ਛੱਬੋ ਹੁੰਦੀ ਹੈ, ਛੱਬੋ ਜਿਹੜਾ ਦੁੱਧ ਵੇਚਣ ਵਾਲੀ ਹੁੰਦੀ ਹੈ। ਯੂਸਫ ਹੁੰਦਾ ਉਹ ਛੱਬੋ ਦੇ ਨਾਲ ਉਹਦਾ ਪਿਆਰ ਔਰ ਮੁਹੱਬਤ ਦਾ ਚੱਕਰ ਸ਼ੁਰੂ ਹੋ ਜਾਂਦਾ ਔਰ ਉਹਨੇ ਆਪਣਾ ਨਾਮ ਉਹਨੂੰ ਜਿਹੜਾ ਨਾ ਯੂਸਫ ਦੇ ਬਜਾਏ ਦੌਲਤ ਦੱਸਿਆ ਹੁੰਦਾ ਔਰ ਸੇਠ ਨਜ਼ੀਰ ਨੂੰ ਕੁਛ ਅਰਸੇ ਬਾਅਦ ਖਬਰ ਹੋ ਜਾਂਦੀ, ਉਹ ਖਬਰ ਲੈਣ ਜਾਂਦਾ ਔਰ ਜਾ ਕੇ ਉੱਥੇ ਪਤਾ ਕਰਦਾ ਕਿ ਵਾਪਸ ਕਿਉਂ ਨਹੀਂ, ਤੇ ਉਹਨੂੰ ਪਤਾ ਚੱਲਦਾ ਕਿ ਜਿਹੜਾ ਯੂਸਫ ਹੈ ਯੂਸਫ ਤੇ ਛੱਬੋ ਆਪਸ ਵਿੱਚ ਪਿਆਰ ਕਰਦੇ ਨੇ। ਜਦੋਂ ਸੇਠ ਨੂੰ ਪਤਾ ਚੱਲਦਾ ਕਿ ਜਿਹੜੀ
ਸ਼ਬੋ ਬਈ ਇੱਕ ਗਰੀਬ ਹੈ ਤਾਂ ਉਹਨੂੰ ਬੜੀ ਸਖ਼ਤ ਨਫ਼ਰਤ ਆਉਂਦੀ ਹੈ, ਉਹ ਜ਼ਬਰਦਸਤੀ ਉਹਨੂੰ ਲੈ ਕੇ ਵਾਪਸ ਆਪਣੇ ਸ਼ਹਿਰ ਆ ਜਾਂਦਾ। ਖੈਰ ਇੱਧਰ ਜਿਹੜੀ ਸ਼ਬੋ ਹੁੰਦੀ ਹੈ ਉਹ ਇੰਤਜ਼ਾਰ ਕਰਦੀ ਹੈ ਔਰ ਇਹ ਸਮਝਦੀ ਹੈ ਕਿ ਸ਼ਾਇਦ ਯੂਸਫ ਉਹਨੂੰ ਧੋਖਾ ਦੇ ਕੇ ਨਿਕਲ ਗਿਆ। ਸ਼ਬੋ ਜਿਹੜਾ ਉਸਦੀ ਤਲਾਸ਼ੀ ਪਿੰਡ ਤੋਂ ਸ਼ਹਿਰ 'ਚ ਆਉਂਦੀ ਹੈ, ਲੇਕਿਨ ਉਹਦੀ ਯੂਸਫ ਦੇ ਨਾਲ ਮੁਲਾਕਾਤ ਨਹੀਂ ਹੁੰਦੀ। ਬਹਾਰ ਬੇਗਮ ਨੇ ਇਸ ਫਿਲਮ ਦੇ ਅੰਦਰ ਸ਼ਬੋ ਦੀ ਮਾਂ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜੀ ਕਿ ਪਿੰਡੀ ਰਹਿੰਦੀ ਹੈ। ਉਹ ਸ਼ਬੋ ਜਦੋਂ ਪਿੰਡ ਛੋੜ ਕੇ ਆਉਂਦੀ, ਪਿੰਡੀ 'ਚੋਂ ਸ਼ਹਿਰ ਆ ਜਾਂਦੀ ਹੈ ਔਰ ਇੱਥੇ ਇਹਦੀ ਮੁਲਾਕਾਤ ਜਿਹੜਾ ਨਾ ਉਹ ਦੌਲਤ ਦੇ ਨਾਲ ਹੁੰਦੀ ਹੈ। ਦੌਲਤ ਉਹਨੂੰ ਮਾਂ ਬੁਲਾ ਕੇ ਆਪਣੇ ਘਰ ਲੈ ਆਉਂਦਾ। ਖੈਰ ਜਿਹੜੀ ਸ਼ਬੋ ਹੁੰਦੀ ਹੈ ਉਹ ਗੁੰਡਿਆਂ ਦੇ ਟਾਚ ਚੜ ਜਾਂਦੀ ਔਰ ਗੁੰਡੇ ਜਿਹੜੇ ਹੁੰਦੇ ਨੇ, ਛੁਰਾ ਜਿਹੜਾ ਹੁੰਦਾ ਹੈ, ਅਫਜ਼ਾਲ ਅਹਿਮਦ ਦੇ ਸਾਥੀ ਹੁੰਦੇ ਨੇ, ਉਹਨੂੰ ਜਾ ਕੇ ਦੱਸਦੇ ਨੇ ਕਿ ਸ਼ਬੋ ਨੂੰ ਉਹਨਾਂ ਨੇ ਕੈਦ ਕਰ ਲਿੱਤਾ ਹੈ। ਅਸਲਮ ਪਰਵੇਜ਼ ਉਹਦੀ ਇੱਜ਼ਤ ਪੜਨਾ ਚਾਹੁੰਦਾ ਹੈ, ਲੇਕਿਨ ਅਫਜ਼ਾਲ ਅਹਿਮਦ ਕਹਿੰਦਾ ਹੈ ਕਿ ਇਹ ਮੇਰਾ ਸ਼ਿਕਾਰ ਹੈ। ਹਰ ਆਪਸ 'ਚ ਉਹਨਾਂ ਦੀ ਲੜਾਈ ਹੁੰਦੀ ਹੈ, ਛੁਰਾ ਜਿਹੜਾ ਹੁੰਦਾ ਮੈਨੇਜਰ ਨੂੰ ਕਤਲ ਕਰ ਦਿੰਦਾ। ਇੱਧਰੋਂ ਜਿਹੜਾ ਤਾਲਸ਼ ਹੁੰਦਾ ਹੈ, ਤਾਲਸ਼ ਵੀ ਉਹਦੀ ਯੂਸਫ ਦੀ ਜਿਹੜਾ ਸ਼ਾਦੀ ਇੱਕ ਸੇਠ ਦੀ ਬੇਟੀ ਹੁੰਦੀ ਉਹਦੇ ਨਾਲ ਕਰਵਾਉਣਾ ਚਾਹੁੰਦਾ ਹੈ, ਲੇਕਿਨ ਉਹ ਨਾਕਾਮ ਹੋ ਜਾਂਦਾ ਹੈ ਔਰ ਉਸਦੀ ਅਚਾਨਕ ਮੁਲਾਕਾਤ ਬਹਾਰ ਬੇਗਮ ਦੇ ਨਾਲ ਹੁੰਦੀ ਹੈ। ਬਾਹਰ ਨੂੰ ਦੇਖਦਾ ਤਾਂ ਪਛਾਣ ਲੈਂਦਾ ਹੈ ਕਿ ਉਹਦੀ ਨੂੰਹ ਹੁੰਦੀ ਹੈ, ਉਹਦੇ ਪੁੱਤਰ ਦੇ ਕਤਲ ਤੋਂ ਪਹਿਲੇ ਉਹਨੇ ਸ਼ਾਦੀ ਕੀਤੀ ਹੁੰਦੀ ਹੈ। ਸ਼ਬੋ ਹੁੰਦੀ ਹੈ ਉਹਦੀ ਪੋਤੀ ਹੁੰਦੀ ਹੈ ਔਰ ਜਿਹੜਾ ਜਮਸ਼ੇਦ ਹੁੰਦਾ ਉਹਦਾ ਦਾਦਾ ਹੁੰਦਾ ਹੈ। ਖੈਰ ਆਪਸ 'ਚ ਉਹਨਾਂ ਦੇ ਸ਼ੇਖ ਨਜ਼ੀਰ ਅਤੇ ਜਮਸ਼ੇਦ ਦੇ ਆਪਸ 'ਚ ਇਖਤਲਾਫ ਹੋ ਜਾਂਦੇ ਨੇ ਔਰ ਸ਼ੇਖ ਨਜ਼ੀਰ ਜਿੰਦਾ ਹੁੰਦਾ ਉਹ ਉਹਨੂੰ ਬੇਇੱਜ਼ਤ ਕਰਦਾ ਹੈ ਜਮਸ਼ੇਦ ਨੂੰ, ਔਰ ਜਮਸ਼ੇਦ ਜਾ ਕੇ ਯੂਸਫ ਨੂੰ ਕਹਿੰਦਾ ਕਿ ਤੂੰ ਆਪਣੇ ਪਿਓ ਦੀ ਮਰਜ਼ੀ ਉੱਤੇ ਸ਼ਾਦੀ ਕਰ ਲੈ। ਫਿਰ ਹੁੰਦਾ ਉਹਦੀ ਸ਼ਾਦੀ ਤੈਅ ਕਰ ਦਿੰਦਾ ਐਨ ਸ਼ਾਦੀ ਵਾਲਾ ਦਿਨ ਹੁੰਦਾ। ਜਦੋਂ ਜਮਸ਼ੇਦ ਦੁਲਹਨ ਦੇਖਦਾ ਤਾਂ ਉਹਦੀ ਪੋਤੀ ਹੁੰਦੀ ਹੈ। ਖੈਰ ਉਹ ਆਪਸ ਮਿਲ ਜਾਂਦੇ ਨੇ, ਇਤਨੇ ਛੁਰਾ ਆ ਜਾਂਦਾ ਔਰ ਆ ਕੇ ਇਹਨਾਂ ਦੀ ਆਪਸ 'ਚ ਲੜਾਈ ਹੁੰਦੀ ਹੈ ਔਰ ਇਸ ਲੜਾਈ ਦੇ ਦੌਰਾਨ ਜਿਹੜਾ ਦਿਲ ਹੁੰਦਾ ਕਮਾਲ ਉਹ ਛੁਰੇ ਨੂੰ ਕਤਲ ਕਰ ਦਿੰਦਾ ਔਰ ਸਾਰੇ ਆਪਸ 'ਚ ਮਿਲ ਜਾਂਦੇ ਨੇ। ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।